ਅੱਜ ਮੈਂ ਤੁਹਾਨੂੰ ਦੱਸਣ ਲੱਗਿਆ ਇੱਕ ਬਹੁਤ ਵੱਡਾ ਖੁਲਾਸਾ ਕਰਨ ਲੱਗਿਆ। ਆਹ ਤੁਹਾਨੂੰ ਦਿਸਦੀ ਆ ਮੇਰੇ ਹੱਥ 'ਚ ਪੁੜੀ, ਇਹ ਪੁੜੀ ਨਹੀਂ, ਇਹ ਬਹੁਤ ਕੁਛ ਬਿਆਨ ਕਰਦੀ ਆ। ਮੈਂ ਦੱਸਣ ਲੱਗਿਆ ਕਿ ਕਿਸਾਨਾਂ ਨੂੰ ਫੰਡਿੰਗ ਕਿੱਥੋਂ ਹੁੰਦੀ ਆ। ਬਹੁਤ ਲੋਕ ਕਹਿੰਦੇ ਆ ਗੋਦੀ ਮੀਡੀਆ ਵਾਲੇ ਇਹਨਾਂ ਨੂੰ ਚੀਨ ਫੰਡ ਕਰਦਾ, ਇਹ ਅੱਤਵਾਦੀ ਆ, ਇਹਨਾਂ ਨੂੰ ਖਾਲਿਸਤਾਨ ਫੰਡ ਕਰਦਾ, ਇਹਨਾਂ ਨੂੰ ਕੌਣ ਫੰਡਿੰਗ ਕਰ ਰਿਹਾ ਇਹਨਾਂ ਨੂੰ। ਮੈਂ ਦੱਸਦਾ, ਪਿੰਡ ਕਿਉਂਕੇ ਕਲਾਂ ਦੇ ਵਿੱਚ ਖੜ੍ਹਾ ਮੈਂ, ਅਤੇ ਕਿਉਂਕੇ ਕਲਾਂ ਵਾਲਿਆਂ ਨੇ ਕੱਲ੍ਹ ਰਫਤ ਇਕੱਠੀ ਕੀਤੀ, ਇੱਕ ਘਰੇ ਗਏ, ਕਿਉਂਕਿ ਜਦੋਂ ਆਪਣੇ ਪਿੰਡਾਂ ਵਾਲੇ ਆ ਉਹ ਕਦੇ ਵੀ ਕੋਈ ਘਰ ਨਹੀਂ ਛੱਡਦੇ ਹੁੰਦੇ, ਚਾਹੇ ਕੋਈ ਗਰੀਬ ਆ ਅਮੀਰ ਆ ਇਹ ਸੋਚ ਕੇ ਘਰ ਨਹੀਂ ਛੱਡਦੇ ਕਿ ਆਹ ਗਰੀਬ ਆ ਇਹ ਕੀ ਦੇ ਦੂਗਾ। ਉਹ ਉਸ ਘਰੇ ਗਏ ਤਾਂ ਉਹਨਾਂ ਨੇ ਆਹ ਦਿੱਤਾ। ਇਹਨੂੰ ਮਾਮੂਲੀ ਨਾ ਸਮਝੋ, ਇਹ ਬਹੁਤ ਵੱਡੀ ਚੀਜ਼ ਆ ਕਿ ਇਹ ਭਾਵਨਾ ਵੇਖੋ ਇਹਦੇ ਵਿੱਚ ਕਿੰਨੀ, ਕਿ ਕਿਸੇ ਬੰਦੇ ਦੇ ਘਰੇ ਜਿੰਨਾ ਸੀ ਉਹਨੇ ਉਨੇ 'ਚੋਂ ਦੇਤਾ। ਆਹ ਕਿਸੇ ਦੇ ਘਰੇ ਚਾਹ ਪੱਤੀ, ਆਹ ਮੈਂ ਤੁਹਾਨੂੰ ਦਿਖਾਉਂਦਾ, ਆਹ ਚਾਹ ਪੱਤੀ ਸੀ, ਖੁੱਲ੍ਹਾ ਸੀ ਪੈਕਟ, ਪਰ ਹੋਊਗੀ ਇੰਨੋ ਹੀ, ਉਹਦੇ 'ਚੋਂ ਦੋ ਡੰਗਾਂ ਦੀ ਚਾਰ ਡੰਗਾਂ ਦੀ ਕੱਢ ਕੇ ਅਤੇ ਪੈਕਟ ਫੜਾ ਤੇ। ਇਸ ਤਰ੍ਹਾਂ ਦੇ ਕਈ ਸੈਂਕੜੇ ਪੈਕਟ ਆ। ਪਰ ਮੈਂ ਤੁਹਾਨੂੰ ਇੱਕ ਗੱਲ ਹੋਰ ਦੱਸਣੀ ਚਾਹੁੰਦਾ ਕਿ ਇਹ ਕੌਂਕੇ ਕਲਾਂ ਪਿੰਡ ਆ ਇਸ ਤਰ੍ਹਾਂ ਕਿੰਨਾ ਕੁ ਕੁਛ ਇਕੱਠਾ ਹੋ ਗਿਆ। 12,700 ਪਿੰਡ ਆ ਪੰਜਾਬ ਦਾ, ਅਤੇ ਉਹਦੇ 'ਚੋਂ ਕਿੰਨਾ ਮਾਲ ਇਕੱਠਾ ਹੋ ਸਕਦਾ, ਕਿੰਨੀ ਰਸਦ ਇਕੱਠੀ ਹੋ ਸਕਦੀ, ਕਿੰਨੇ ਪੈਸੇ ਇਕੱਠੇ ਹੋ ਸਕਦੇ ਸਿਰਫ ਇਕੱਲੇ ਕੌਂਕਿਆਂ ਨੇ। ਕੌਂਕਿਆਂ ਨੇ ਆਪਦੀ ਜੂਹ ਤੋਂ ਬਾਹਰ ਕਿਸੇ ਤੋਂ ਪੈਸਾ ਨਹੀਂ ਲਿਆ, ਆਪਦੀ ਜੂਹ ਤੋਂ ਬਾਹਰ ਰਹਿਣ ਵਾਲੇ ਬੰਦੇ ਤੋਂ ਸਿਰਫ ਕੌਂਕਿਆਂ ਦੇ ਵਿੱਚੋਂ ਹੀ ਪੈਸੇ ਲਏ ਆ। ਕਿੰਨੇ ਪੈਸੇ, ਕਿੰਨੀ ਰਸਦ ਇਕੱਠੀ ਹੋ ਗਈ, ਆਪਾਂ ਗੱਲਬਾਤ ਕਰਦੇ ਹਾਂ। ਨੰਬਰ 2 'ਤੇ ਮੈਂ ਗੱਲ ਇਹ ਕਹਿ ਦਿੰਦਾ ਕਿ ਇਹ ਇਹ ਸ਼ੇਅਰ ਜਿਹੜਾ ਤੁਸੀਂ ਸ਼ੇਅਰ ਕਰੋਗੇ ਵੀਡੀਓ ਨੂੰ, ਇਹ ਸ਼ੇਅਰ ਤੁਹਾਡਾ ਚਪੇੜ ਹੋਊਗੀ ਉਹਨਾਂ ਦੇ ਮੂੰਹ 'ਤੇ, ਜਿਹੜੇ ਲੋਕ ਕਹਿੰਦੇ ਆ ਕਿ ਇਹਨਾਂ ਨੂੰ ਚੀਨ ਫੰਡ ਕਰਦਾ, ਇਹਨੂੰ ਕੌਣ ਕਰਦਾ। ਜਿੰਨੇ ਸ਼ੇਅਰ ਮਾਰੋਗੇ ਉਨੇ ਥੱਪੜ ਹੋਣਗੇ ਉਹਨਾਂ ਲੋਕਾਂ ਤੱਕ। ਗੱਲ ਪਹੁੰਚਦੀ ਕਰੋ ਕਿ ਸਾਡਾ ਯੋਗਦਾਨ ਪਾਉਣ ਵਾਲੇ ਆਹ, ਅਤੇ ਜਦੋਂ ਇਹੋ ਜਿਹੇ ਲੋਕ ਹੁੰਦੇ ਆ ਨਾ ਯੋਗਦਾਨ ਪਾਉਣ ਵਾਲੇ, ਉਦੋਂ ਸੰਘਰਸ਼ ਮਰਦੇ ਨਹੀਂ ਹੁੰਦੇ। ਆ ਜਾਓ ਮੈਂ ਗੱਲਬਾਤ ਕਰਾਉਂਦਾ ਕਿ ਇਹਨਾਂ ਨੂੰ ਕਿੱਥੋਂ ਫੰਡ ਹੁੰਦੀ ਆ। ਪਹਿਲਾਂ ਮੈਂ ਹਰਭੇਜ ਬਾਈ ਨੂੰ ਕਹਿੰਦਾ ਕਿ ਆਹ ਮਾੜਾ ਜਿਹਾ ਦਿਖਾਓ ਕਿ ਆਹ ਮੇਰੇ ਪਿੰਡ ਦੇ ਵਿੱਚ ਗੇੜਾ ਲਾਇਆ ਸੰਗਤ ਨੇ, ਇੱਧਰ ਆਹ ਦੇਖੋ, ਇੱਧਰ ਹਰਭੇਜ ਬਾਈ ਸਾਰਾ ਕੁਛ ਅਲੱਗ ਕੀਤਾ ਜਾ ਰਿਹਾ। ਇਸ ਤਰ੍ਹਾਂ ਦੀਆਂ ਭਾਵਨਾਵਾਂ ਉਹਦੇ ਵਿੱਚੋਂ ਨਿਕਲ ਕੇ ਆ ਰਹੀਆਂ ਨੇ। ਇੱਧਰ ਆ ਜਾਓ, ਜਿਹਦੇ ਤੋਂ ਬਿਸਤਰਾ ਸਰਿਆ ਉਹਨੇ ਬਿਸਤਰਾ ਵੀ ਦਿੱਤਾ। ਆਹ ਬਿਸਤਰੇ ਆ ਜਿਹੜੇ, ਇਹ ਵੀ ਪਿੰਡ ਦੇ ਵਿੱਚੋਂ ਹੀ ਕਿਸੇ ਨੇ, ਜਿਹਨੇ ਕੋਈ ਸੂਈ ਜੋਗਾ ਕੋਈ ਸਲਾਈ ਜੋਗਾ ਹਰੇਕ ਨੇ ਯੋਗਦਾਨ ਪਾਇਆ। ਆਪਾਂ ਪਿੰਡ ਵਾਸੀਆਂ ਨਾਲ ਗੱਲ ਵੀ ਕਰਦੇ ਹਾਂ ਕਿ ਕਿਹਨੇ ਕਿੰਨਾ ਅਤੇ ਕਿਵੇਂ ਯੋਗਦਾਨ ਪਾਇਆ, ਆਪਾਂ ਉਹਨਾਂ ਨਾਲ ਵੀ ਗੱਲਬਾਤ ਕਰਦੇ ਹਾਂ। ਅੱਜ ਮੇਰੇ ਨਾਲ ਬਾਈ ਗੋਰਾ ਕੌਂਕਿਆਂ ਤੋਂ, ਬਹੁਤ ਸਾਰੇ ਸੱਜਣ ਜਾਣਦੇ ਹੋਣਗੇ, ਆਪਾਂ ਗੱਲਬਾਤ ਕਰਦੇ ਹਾਂ ਬਾਈ ਗੋਰਾ ਨਾਲ। ਬਾਈ ਗੋਰਾ ਵੀ ਉਹ ਸੈਂਕੜੇ ਸੇਵਾਦਾਰਾਂ ਦੇ ਵਿੱਚੋਂ ਇੱਕ ਆ ਜਿਨ੍ਹਾਂ ਨੇ ਸਾਰਿਆਂ ਨੇ ਰਲ ਮਿਲ ਕੇ ਪਿੰਡ ਦੇ ਨਾਲ ਇਹ ਸੇਵਾ ਇਕੱਠੀ ਕੀਤੀ ਆ। ਬਾਈ ਗੋਰੇ, ਜਦੋਂ ਤੁਸੀਂ ਪਿੰਡ ਦੇ ਵਿੱਚੋਂ ਰਸਦ ਇਕੱਠੀ ਕਰਨ ਗਏ ਆ, ਕੋਈ ਪਿੰਡ ਨੂੰ ਬੰਨਣ, ਕੋਈ ਬੰਦਿਸ਼, ਕੋਈ ਬੰਦੋਗਿਰੀ ਸੀਗੀ ਵੀ ਭਾਈ ਇੰਨੇ ਹੀ ਦੇਣੇ ਆ? ਬਿਲਕੁਲ ਐਵੇਂ ਦਾ ਨਹੀਂ ਸੀਗਾ, ਕੋਈ ਖਿਆਲ ਨਹੀਂ ਸੀ, ਨਾ ਕੋਈ ਸੋਚ ਸੀਗੀ। ਜਦੋਂ ਅਸੀਂ ਪਿੰਡ ਦੇ ਵਿੱਚੋਂ ਜਿਹੜਾ ਵੀ ਸਿੱਧਾ ਇਕੱਠਾ ਕੀਤਾ ਵਾ, ਉਦੋਂ ਬਸ ਇਹ ਅਨਾਊਂਸਮੈਂਟ ਕੀਤੀ ਸੀ ਗੁਰਦੁਆਰਾ ਸਾਹਿਬ ਵਿੱਚ, ਬਈ ਜਿਹਦੇ ਦੁੱਧ ਦੀ ਸ਼ਰਧਾ ਦੁੱਧ, ਜਿਹਦੇ ਕੋਲ ਮਨੀ ਦੀ ਯੋਗਤਾ ਮਨੀ, ਅਸੀਂ ਜਿਹੜੀ ਬਾਅਦ ਘਾਟ ਦੇ ਜਿਵੇਂ ਰਾਸ਼ਨ ਦੀ ਕੋਈ ਚੀਜ਼ ਲੈਣੀ ਹੋਈ ਉਹ ਲੈ ਲਾਂਗੇ ਜੀ, ਤੇ ਜਿਹਦੇ ਕੋਲੋਂ ਕੰਬਲ ਜਾਂ ਕੁਛ ਵੀ, ਜਿਹਦੀ ਸ਼ਰਧਾ ਜੋ ਤੁਹਾਡੀ ਸ਼ਰਧਾ ਜੀ, ਉਹ ਸ਼ਰਧਾ ਦੇ ਅਨੁਸਾਰ ਹੀ ਇੰਨਾ ਸਾਡੇ ਕੋਲ ਜਿਹੜਾ ਦੁੱਧ ਰਾਸ਼ਨ ਇਕੱਠਾ ਹੋਇਆ। ਬਾਈ ਦੁੱਧ ਕਿੰਨਾ ਇਕੱਠਾ ਹੋ ਗਿਆ? ਦੁੱਧ ਸਾਡੇ ਕੋਲ ਹੁਣ ਤੱਕ 17 ਕੁਇੰਟਲ ਹੋ ਗਿਆ ਸੀ, 2 ਡੰਗ ਇਕੱਠਾ ਕੀਤਾ ਜੀ। 2 ਕੁਇੰਟਲ ਦੇ 17 ਕੁਇੰਟਲ, 2 ਡੰਗ ਦੇ ਵਿੱਚ 17 ਕੁਇੰਟਲ ਦੁੱਧ ਇਕੱਠਾ ਹੋ ਗਿਆ ਸੀ। ਉਹ ਅਸੀਂ ਬੰਦ ਕਰਤਾ ਸੀ, ਅਸੀਂ ਸੋਚਿਆ ਵੀ ਜਦੋਂ ਅਸੀਂ ਲੈ ਕੇ ਜਾਣਾ ਹੋਇਆ ਇੱਕ ਕਲੋਜ਼ਮੈਂਟ ਉਦੋਂ ਕਰਾ ਦਾਂਗੇ ਵੀ ਜਿਹੜਾ ਵੱਡਾ ਕੰਟੇਨਰ ਹੁੰਦਾ, ਉਹਦੇ 'ਚ 15 ਤੋਂ ਸ਼ੁਰੂ ਹੋ ਜਾਂਦੇ ਆ, 30 ਤੱਕ ਹੁੰਦੇ ਆ ਵੀ। ਜੇ ਸਾਨੂੰ ਲੋੜ ਹੋਈ ਅਸੀਂ 2000 ਲੀਟਰ ਦਾ ਲੈ ਕੇ ਜਾਣਾ, 3000 ਲੀਟਰ ਦਾ ਲੈ ਕੇ ਜਾਣਾ, ਉਹਦਾ ਇਕੱਠਾ ਕਰ ਲਾਂਗੇ। ਉਦੋਂ ਬਾਅਦ 'ਚ ਅਸੀਂ ਬਾਲਣ ਵੱਲ ਹੋ ਗਏ ਸੀਗੇ, ਬਾਲਣ ਵੀ ਬਾਬੇ ਦੀ ਕਿਰਪਾ ਨਾਲ ਸਾਡੇ ਕੋਲ ਜ਼ਿਆਦਾ ਹੋ ਗਿਆ, ਸਭ ਤੋਂ ਚੱਕ ਨਹੀਂ ਹੋਇਆ ਪਿੰਡ ਦੇ ਵਿੱਚੋਂ, ਪਿੰਡ ਦਾ ਹੀ। ਇੱਕ ਬਾਈ ਗੋਰੇ, ਗੱਲ ਇਹ ਆ ਵੀ ਬਾਈ ਪਿੰਡ ਦੀ ਜੂਹ ਤੋਂ ਬਾਹਰਲੇ ਬੰਦੇ ਤੋਂ ਵੀ ਮਦਦ ਲਈ ਪਿੰਡ ਦੇ ਅੰਦਰ,
ਇਹਦੇ ਚ ਸਿਰਫ ਕੱਲੇ ਪਿੰਡ ਵਾਲੇ ਵੀਰਾਂ ਨੇ ਬੇਨਤੀ ਕੀਤੀ ਸੀ ਕਿਉਂਕਿ ਬਾਹਰਲੇ ਆਲਰੇਡੀ ਸਾਰੇ ਕਰ ਰਹੇ ਆ ਜਿਹਦੀ ਜਿੰਨੀ ਸ਼ਰਧਾ ਵਾ ਪਰ ਸਾਨੂੰ ਇਹ ਸੀ ਵੀ ਸਾਡੇ ਇੱਕ ਲੁਧਿਆਣੇ ਜ਼ਿਲ੍ਹੇ ਦਾ ਇੱਕ ਵੱਡਾ ਪਿੰਡ ਆ ਤੇ ਕਿਉਂਕਿ ਸਾਡੇ ਵੀਰ ਕਈ ਵਿਦੇਸ਼ਾਂ ਦੇ ਵਿੱਚ ਵੀ ਆ ਜਿਹੜੇ ਸਾਨੂੰ ਬਹੁਤ ਸਹਿਯੋਗ ਕਰਦੇ ਆ ਤੇ ਇੱਕ ਗਰਾਊਂਡ ਲੈਵਲ ਤੇ ਅਸੀਂ ਕੁਛ ਕਰਨਾ ਚਾਹੁੰਦੇ ਸੀ ਆ ਕੇ ਧਰਨੇ ਤੇ ਵੀ ਰਹੇ ਆ ਉੱਥੇ ਵੀ ਗਏ ਆ ਇੱਕ ਜਿਹੜਾ ਗਰਾਊਂਡ ਲੈਵਲ ਤੋਂ ਸ਼ੁਰੂ ਕਰਕੇ ਇਹ ਇੱਕ ਸਨੇਹਲ ਸੀਗਾ ਵੀ ਜਦੋਂ ਅਸੀਂ ਪਿੰਡ ਦੇ ਵਿੱਚੋਂ ਲੈ ਕੇ ਜਾਵਾਂਗੇ ਤਾਂ ਮੰਨ ਲਓ ਵੀ ਹੁਣ ਅਸੀਂ ਸਾਡਾ 100 ਬੰਦਾ ਜਾਣ ਨੂੰ ਵੀ ਤਿਆਰ ਆ ਹੁਣ ਸਾਡੇ ਪਿੰਡੋਂ 5 ਟਰਾਲੀਆਂ ਜੀ ਤੇ 1 ਕੈਂਟਰ ਦੁੱਧ ਵਾਲਾ ਹੋਊਗਾ 1 ਸਬਜ਼ੀਆਂ ਦਾ ਹੋਊਗਾ ਜੀ ਤੇ ਨਾਲ ਜਿਹੜੀ ਲੱਕੜਾਂ ਦੀ ਆ ਉਹ ਹੋਊਗੀ ਤੇ ਦੁੱਧ ਹੋ ਗਿਆ ਦੁੱਧ ਵਾਲਾ ਸਾਰਾ ਸਬਜ਼ੀਆਂ ਬਾਰਮਰ ਕੱਪੜੇ ਇਹ ਸਾਰਾ ਕੁਝ ਅਸੀਂ ਮਜਬੂਰੀ ਆ ਕਿ ਉਹ ਲੋਕਾਂ ਨੂੰ ਦੱਸਣਾ ਬਣਦਾ ਕਿ 12,700 ਪਿੰਡ ਚੋਂ ਇੱਕ ਪਿੰਡ ਇੰਨਾ ਕਰ ਸਕਦਾ ਇਸ ਕਰਕੇ ਮੈਂ ਚਾਹੁੰਦਾ ਕਿ ਥੋੜਾ ਪਰਦਾ ਚੱਕਣਾ ਚਾਹੁੰਦਾ ਕਿ ਕਿੰਨੇ ਕੁ ਨਗਦ ਹੋ ਗਏ ਕਿੰਨੇ ਕੁ ਦਾ ਰਾਸ਼ਨ ਹੋ ਗਿਆ ਜਾਂ ਕਿੰਨਾ ਕੁ ਸਾਰੀ ਤਕਰੀਬਨ ਆਪਾਂ ਕਹਿ ਲਈਏ ਵੀ ਕਿੰਨੇ ਕੁ ਦਾ ਹੋ ਗਿਆ ਉਹ ਜਿਹੜਾ ਅਸੀਂ ਇਹ ਸੋਚੀਏ ਪਿੰਡ ਜੀ ਰਾਸ਼ਨ ਲੱਕੜਾਂ ਦਾ ਜਾਂ ਹੋਰ ਜੀ ਇਹ ਸਾਨੂੰ ਲੱਗਦਾ ਵੀ ਜੇ ਮੰਨ ਕੇ ਚੱਲੋ ਵੀ 100 ਕੁਇੰਟਲ ਆਟਾ ਮੰਨੀਏ ਸਿੱਧਾ 2,00,000 ਰੁਪਏ ਦਾ ਜੀ ਹੁਣ 25 ਬੋਰੀਆਂ ਖੰਡ ਦੀਆਂ ਹੋਈਆਂ ਜਿਹੜੀਆਂ ਵੈਸੇ ਹੋਈਆਂ ਜਿਹੜੀਆਂ ਹਜੇ ਰਿਫਾਇੰਡ ਹੋ ਗਿਆ ਜੀ ਯਾਨੀ ਕਿ ਜੇ ਬਾਹਲਾ ਨਾ ਕਰੀਏ ਤਾਂ ਇਹ ਲੱਖਾਂ ਦੀ ਗਿਣਤੀ 'ਚ ਆ ਅਤੇ ਜਿਹੜਾ ਫੰਡ ਵੀ ਇਕੱਠਾ ਹੋਇਆ ਉਹ ਵੀ ਲੱਖਾਂ ਦੀ ਗਿਣਤੀ 'ਚ ਜੀ ਅਤੇ ਜੇ ਇਹ ਇਹ ਸਿਰਫ ਇਹ ਨਹੀਂ ਹੈਗਾ ਵੀ ਇਹਦੇ 'ਚ ਵੱਡੇ ਯੋਗਦਾਨ ਪਾਏ ਨੇ ਲੋਕਾਂ ਨੇ ਜੀ ਜਦੋਂ ਅਸੀਂ ਜਾਂਦੇ ਸੀਗੇ ਜਿਹੜੇ ਸਾਡੇ ਪਿੰਡ ਦੇ ਯਾਨੀ ਕਿ ਜਿਨ੍ਹਾਂ ਨੇ ਸਾਡੇ ਪੁਰਖਿਆਂ ਨਾਲ ਮਿਹਨਤ ਕੀਤੀ ਆ ਪਿੰਡ ਦੇ ਮਜ਼ਦੂਰ ਪਰਿਵਾਰ ਨੇ ਤਾਂ ਜਦੋਂ ਅਸੀਂ ਗਲੀ 'ਚ ਵੜੇ ਜੇ ਕਿਸੇ ਨੇ ਕੌਲੀ ਆਟੇ ਦੀ ਵੀ ਪਾਈ ਖੰਡ ਦੀ ਵੀ ਪਾਈ ਤਾਂ ਉਹਦੇ ਨਾਲ ਹੀ ਇੰਨਾ ਹੋਇਆ ਇਹ ਜੇ ਅਸੀਂ ਐਵੇਂ ਕਹਿ ਦਈਏ ਵੀ ਜਾਣੀ ਕਿ ਬੜੇ ਧਰਾਤਲ ਲੋਕਾਂ ਤੋਂ ਇਕੱਠਾ ਕੀਤਾ ਮੈਂ ਆਹ ਵਿਖਾ ਰਿਹਾ ਸੀ ਗੁਰੇ ਬਾਈ ਆਹਾ ਮੈਂ ਕਿਹਾ ਵੀ ਦੇਖ ਲੈ ਕਿਸੇ ਬੰਦੇ ਨੇ ਹਨਾ ਜੇ ਕਿਸੇ ਦੇ ਘਰੇ ਗਏ ਆ ਬਈ ਖਾਲੀ ਨਹੀਂ ਮੁੜਿਆ ਜੇ ਕਿਸੇ ਕੋਲੇ ਚਾਹ ਪੱਤੀ ਦਾ ਪੈਕਟ ਖੁੱਲਾ ਵੀ ਆ ਤਾਂ ਜਿਹਨੂੰ ਪਤਾ ਨਹੀਂ ਸੀਗਾ ਜਿਵੇਂ ਹੁਣ ਮੰਨ ਲਓ ਵੀ ਕਈ ਬਜ਼ੁਰਗ ਸਾਡੇ ਉੱਥੇ ਗਏ ਹੋਏ ਨੇ ਨੌਜਵਾਨ ਉੱਥੇ ਗਏ ਹੋਏ ਨੇ ਘਰੇ ਪਰਿਵਾਰਾਂ ਤੋਂ ਰਾਸ਼ਨ ਨਹੀਂ ਲਿਆ ਹੋਇਆ ਪਰ ਉਹਨਾਂ ਕੋਲੇ ਜਿਹੜੀ ਵੀ ਚੀਜ਼ ਘਰੇ ਰਸੋਈ ਦੇ ਪਈ ਸੀ ਜਾਂ ਗ੍ਰਾਮ ਚੋਂ ਕਣਕ ਦੀਆਂ ਬੋਰੀਆਂ ਪਈਆਂ ਸੀ ਜਿਹੜਾ ਅੰਦਰ ਕੰਮ ਵੀ ਕਰਦੇ ਨਹੀਂ ਹੋ ਪਏ ਆ ਵੀ ਕੱਢਣਾ ਉਹ ਤੋਂ ਆਟਾ ਨਹੀਂ ਪਿਆ ਕੇ ਲਿਆ ਹੋਇਆ ਪਰ ਕਣਕ ਦੀਆਂ ਬੋਰੀਆਂ ਭਰਤੀਆਂ ਹੁਣ ਜਿਹੜੇ ਹੁਣ ਮਜ਼ਦੂਰ ਪਰਿਵਾਰਾਂ ਦੀ ਗੱਲ ਕਰਦੇ ਸੀਗੇ ਕੱਲ੍ਹ ਇੱਕ ਲੇਡੀ ਜੀ ਕਿਸੇ ਦੇ ਘਰੇ ਸਫਾਈ ਕਰਦੀ ਸੀ ਤਾਂ ਜਦੋਂ ਅਸੀਂ ਉਹਨਾਂ ਦੇ ਘਰੇ ਗ੍ਰਾਹੀ ਨੂੰ ਗਏ ਤਾਂ ਉਹ ਕੰਮ ਕਰਨ ਵਾਲੀ ਰਸੋਈ ਦੇ ਵਿੱਚੋਂ ਬੋਲੀ ਕਹਿੰਦੀ ਮੇਰੇ ਵੀ 50 ਰੁਪਏ ਇਹਨਾਂ ਨੂੰ ਯੋਗਦਾਨ ਪਾ ਲਿਓ ਓ ਹੋ 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 ਕੀ ਬਾਤ ਉਹਨੇ ਜਿਨ੍ਹਾਂ ਦੇ ਘਰੇ ਜਾਣੀ ਕਿ ਕੰਮ ਕਰਾਈ ਜਦੋਂ ਇਹ ਦੀਆਂ ਭਾਵਨਾਵਾਂ ਹੁਣ ਫਿਰ ਅਸੀਂ ਪਿੰਡ ਦੇ ਵਿੱਚ ਗਏ ਇੱਕ ਮਾਤਾ ਭਾਵ ਕੋਈ ਜੀ ਉਹਦੇ ਦੋਨੇ ਪੁੱਤ ਆ ਉੱਥੇ ਗਏ ਹੋਏ ਆ ਜੀ ਉਹ ਤੇ ਉਹਦੇ ਘਰ ਵਾਲਾ ਸੀਗਾ ਉਹ ਤੋਂ ਹੱਥ ਬੰਨੇ ਬਸ ਦੀ ਅੱਖਾਂ 'ਚੋਂ ਹਿੰਦੀ ਲੱਗਣ ਲੱਗ ਗਈਆਂ ਤੇ ਅਸੀਂ ਉਹਦੀਆਂ ਭਾਵਨਾਵਾਂ ਨੂੰ ਸਮਝਦੇ ਸੀ ਉਹ ਕਹਿੰਦੀ ਪੁੱਤ ਜੋ ਮਰਜ਼ੀ ਲੈ ਜਾਓ ਯਾਨੀ ਕਿ ਦਰਵਾਜ਼ਾ ਖੁੱਲ੍ਹਾ ਭਾਵ ਦਾ ਹੱਥ ਬੰਨੇ ਬਸ ਅੱਖਾਂ 'ਚੋਂ ਹਿੰਜਾ ਸਿੱਟੀ ਜਾਵੇ ਤੇ ਤੁਹਾਨੂੰ ਪਤਾ ਉਹ ਸਾਡੇ ਭਰਾ ਉੱਥੇ ਦੋਨੇ ਬੈਠੇ ਆ ਵੀ ਬਾਰਡਰ ਤੇ ਗਏ ਹੋਏ ਆ ਤੇ ਇੱਕ ਉਹਨਾਂ ਦਾ ਭਰਾ ਦੁਬਈ 'ਚ ਆ ਸਾਡੇ ਕੋਲ ਯਾਨੀ ਕਿ ਹਿੰਮਤ ਨਹੀਂ ਪਈ ਇਹਦੀ ਕਿ ਮਾਤਾ ਜਿਹੜੀਆਂ ਤੇਰੀਆਂ ਦਿਲ 'ਚੋਂ ਸੀਸਾਂ ਨਿਕਲਦੀਆਂ ਸਾਨੂੰ ਉਹੀ ਬਹੁਤ ਬਸ ਉਹੀ ਬਹੁਤ ਆ ਇਹ 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 ਦਰਸ਼ਕੋ ਮੈਂ ਨਾ ਇੱਕ ਗੱਲ ਦਿਖਾਉਣੀ ਚਾਹੁੰਦਾ ਸੀਗਾ ਵੈਸੇ ਤਾਂ ਸਾਰੇ ਪੰਜਾਬੀਆਂ ਨੂੰ ਮੈਨੂੰ ਇਹ ਪਲ ਬਹੁਤ ਭਾਵਕ ਕਰ ਰਿਹਾ ਬਹੁਤ ਇਮੋਸ਼ਨਲ ਮੈਂ ਤੇ ਬਾਈ ਹਰਪੇਜ ਜਦੋਂ ਅਸੀਂ ਉਹ ਪੁੜੀ ਦੇਖੀ ਤਾਂ ਅਸੀਂ ਦੋਨੇ ਜਣੇ ਅੱਖਾਂ 'ਚੋਂ ਹੰਝੂ ਆਪਣੇ ਆਪ ਹੀ ਤੁਰ ਪਏ ਕਿ ਯਾਰ ਕਿੰਨੀਆਂ ਭਾਵਨਾਵਾਂ ਤੇ ਹੁਣ ਐਵੇਂ ਲੱਗਦਾ ਕਿ ਜਦ ਹੋਰ ਗੱਲ ਕਰਾਂਗੇ ਤਾਂ ਸ਼ਾਇਦ ਇੱਥੇ ਵੇਖਣ ਵਾਲੇ ਵੀ ਅੱਖਾਂ 'ਚੋਂ ਹੰਝੂ ਡਿੱਗ ਪੈਣਗੇ ਪਰ ਗੱਲ ਇਹ ਆ ਸੋਚਣ ਵਾਲੀ ਕਿ ਬਾਈ ਇੰਨਾ ਕੁ ਕੁਛ ਇੱਕ ਪਿੰਡ ਕਰ ਸਕਦਾ ਉਹ ਫੰਡਿੰਗ ਵਾਲਿਆਂ ਨੂੰ ਜਵਾਬ ਦੇਣਾ ਚਾਹੁੰਦਾ ਵੀ ਜੇ 10,00,000 ਦੀ ਰਸਦ ਇੱਕ ਸੱਦੇ ਤੇ ਇੱਕ ਵਾਰ ਹੋ ਸਕਦੀ ਆ ਤਾਂ 12,700 ਪਿੰਡ ਨੂੰ ਗੁਣਾ ਕਰ ਲਿਓ ਤੇ ਕਿੰਨੀ ਹੋ ਸਕਦੀ ਆ ਕੌਣ ਫੰਡਿੰਗ ਕਰਦਾ ਇਸ ਗੱਲ ਦਾ ਜਵਾਬ ਆ ਸਾਡਾ ਇੱਕ ਇੱਕ ਸੀਗਾ ਸਪੈਸ਼ਲੀ ਜਿਹੜੇ ਪੰਜਾਬ ਦੇ NRI ਭਰਾ ਨੇ ਜੀ ਅਸੀਂ ਉਹਨਾਂ ਨੂੰ NRI ਤਾਂ ਕਹਿ ਦਿੰਦੇ ਆ ਵਿਦੇਸ਼ੀ ਕਹਿ ਦਿੰਦੇ ਆ ਪਰ ਅਸਲੀ ਉਹ ਇਸ ਧਰਤੀ ਦੇ ਵਾਰਸ ਨੇ ਜਿਹੜਾ ਸੰਯੋਗ ਉਹਨਾਂ ਨੇ ਦਿੱਤਾ ਇਹ ਨਹੀਂ ਵੀ ਗੱਲ ਇਸ ਸੰਘਰਸ਼ ਲਈ ਹਮੇਸ਼ਾ ਜਦੋਂ ਵੀ ਪੰਜਾਬ ਤੇ ਕੋਈ ਵੀ ਗੱਲਬਾਤ ਹੋਈ ਆ ਜਾਂ ਪੰਜਾਬ ਨੂੰ ਲੈ ਕੇ ਕਦੇ ਵੀ ਉਹਨਾਂ ਨੂੰ ਯਾਨੀ ਕਿ ਫੋਨ ਕਰਨ ਦੀ ਲੋੜ ਨਹੀਂ ਪਈ ਉਹਨਾਂ ਨੇ ਆਪ ਦੇਖਿਆ ਤੇ ਆਪਦਾ ਫਰਜ਼ ਸਮਝਦੇ ਹੋਏ ਕੀਤਾ ਕਿਸਾਨ ਦੇ ਤੌਰ ਤੇ ਨਹੀਂ ਕੀਤਾ ਉਹਨਾਂ ਨੇ ਇਹ ਦੇਖਿਆ ਵੀ ਸਾਡਾ ਇਹ ਫਰਜ਼ ਆ ਹੁਣ ਜਿਹੜਾ ਅਸੀਂ ਕਹੀਏ ਅਸੀਂ ਇਹ ਸੇਵਾ ਇਕੱਠੀ ਕੀਤੀ ਆ ਸੇਵਾ ਨਹੀਂ ਇਹ ਸਾਡਾ ਫਰਜ਼ ਤੇ ਜ਼ਿੰਮੇਵਾਰੀ ਆ ਕੱਲੀ ਕੱਲੀ ਇਹ ਕਹਿ ਦਈਏ ਕੱਲੀ ਮੇਰੇ ਪਿੰਡ ਦੀ ਆ ਜਾਂ ਮੈਂ ਇੱਥੇ ਖੜਾ ਤੁਹਾਨੂੰ ਕਹਿ ਰਿਹਾ ਹਰ ਇੱਕ ਨੌਜਵਾਨ ਦੀ ਆ ਭਰਾ ਖੜੇ ਨੇ ਸਾਰੇ ਹਰ ਇੱਕ ਨੇ ਆਪਦਾ ਫਰਜ਼ ਸਮਝ ਕੇ ਕੀਤਾ ਤੇ ਜੇ ਤੁਸੀਂ ਫਰਜ਼ ਸਮਝ ਕੇ ਇਹੀ ਕਰੋਗੇ ਤਾਂ ਜ਼ਿੰਦਗੀ ਬਹੁਤ ਵਧੀਆ ਤੇ ਸੋਹਣੀ ਰਹੂਗੀ ਜੇ ਅਸੀਂ ਇਹਨੂੰ ਜ਼ਿੰਮੇਵਾਰੀ ਸੇਵਾ ਭਾਵਨਾ ਜਾਂ ਕਿਸੇ ਹੋਰ ਤਰੀਕੇ ਲੈ ਕੇ ਚੱਲਾਂਗੇ ਹੋਮੇ ਹੰਕਾਰ ਵਾਲੇ ਪਾਸੇ ਤਾਨੀ ਵੀ ਪੜ੍ਹੇ ਤੋਂ ਪੜ੍ਹੇ ਪਏ ਆ
एक गल ये हो जाती है यार, ये बहुत वधिया कंसैप्ट आ, किड्डा सोहना दिता गुरु साहब ने कि यार कोई सेवा कट्ठी हो रही है, किसी ने लख रुपया देता ਉਹਦੇ ਵਿੱਚ ਕਿਸੇ ਨੇ 1 ਰੁਪਿਆ ਪਾਤਾ, 1 ਲੱਖ ਵਾਲੇ ਦਾ ਤੇ 1 ਰੁਪਏ ਵਾਲੇ ਦਾ ਹਿੱਸਾ ਬਰਾਬਰ ਹੋ ਬਰਾਬਰ। ਇਹ ਕਿੱਡਾ ਵਧੀਆ ਕਨਸੈਪਟ ਆ ਜੀ। ਸਾਡੇ ਕੋਲ ਤਾਂ ਉਦਾਹਰਨ ਆ, ਅਸੀਂ ਆਪਾਂ ਅਨੇਕਾਂ ਕੰਮ ਕੀਤੇ, ਅਨੇਕਾਂ ਵਾਰੀ ਅਨੇਕਾਂ ਪਿੰਡਾਂ ਦੇ ਵਿੱਚ ਵੀ ਕੰਮ ਹੋਏ ਨੇ, ਜਾਂ ਜਿਹੜੇ ਹੁਣ ਪਰਸਨਲੀ ਜਾਣਦੇ ਉਹਨਾਂ ਨੂੰ ਚਾਹੁਣ ਵਾਲਿਆਂ ਨੂੰ ਵੀ ਪਤਾ ਵੀ ਜੇ ਕਿਤੇ ਅਸੀਂ ਫੰਡਿੰਗ ਦੀ ਗੱਲ ਕਰੀਏ ਤਾਂ ਭਾਵਕ ਉਹ ਚੀਜ਼ਾਂ ਕਰਦੀਆਂ, ਲੱਖਾਂ ਵਾਲਿਆਂ ਦੀ ਤਾਂ ਗਿਣਤੀ ਨਹੀਂ ਆਉਂਦੀ। ਹਾਂ, ਭਾਵਕ ਤਾਂ ਉਹੀ ਚੀਜ਼ਾਂ ਕਰਦੀਆਂ ਜਿਹਦੇ ਕੋਲ ਟੈਲੀਫੋਨ ਆਇਆ, ਵੀ ਜਿਹਨੇ ਆਪਦੀ ਜੇਬ 'ਚ 5 ਰੁਪਈਏ ਕਦੇ ਹੈ ਨਾ ਉਵੇਂ ਕੱਢ ਕੇ ਫੜਾ ਤੇ ਉਹ ਯਾਦ ਰਹਿ ਜਾਂਦੇ ਆ। ਹੁਣ ਕੱਲ੍ਹ ਸੀਗੇ ਜਿਹੜੇ ਮਿਹਨਤ ਮਜ਼ਦੂਰੀ ਕਰਨ ਜਦੋਂ ਅਸੀਂ ਸਾਜਰੇ ਚਲੇ ਗਏ ਵੀ ਨਹੀਂ ਪਰਸਨਲੀ ਦਰਵਾਜ਼ੇ ਖੜਕਾ ਕੇ ਵੀ ਬਾਈ ਮੈਂ ਦਿਨੇ ਦਿਹਾੜੀ ਜੁੱਤੇ ਗਿਆ ਸੀ ਤੇ ਆ ਮੇਰੀ ਸੇਵਾ। ਉਹ ਚੀਜ਼ ਨੇ ਆਨੰਦ ਲੈ ਕੇ ਆਂਦਾ ਬਾਈ, ਸ਼ੇਅਰ ਕਰਨਾ ਤੁਸੀਂ ਉਹ ਲੋਕਾਂ ਨੂੰ ਜਵਾਬ ਦੇਣਾ, ਤੇ ਮੈਂ ਉਹ ਪੰਜਾਬੀਆਂ ਦੇ ਇਸ ਜਜ਼ਬੇ ਨੂੰ ਸਲਾਮ ਕਰਦਾ, ਸ਼ੇਅਰ ਕਰਨਾ, ਵੱਧ ਤੋਂ ਵੱਧ ਉਹ ਲੋਕਾਂ ਨੂੰ ਜਵਾਬ ਦੇਣਾ ਜਿਹੜੇ ਕਹਿੰਦੇ ਇਹਨਾਂ ਨੂੰ ਫੰਡਿੰਗ ਕਿੱਥੋਂ ਆਉਂਦੀ ਆ। ਜਿਉਂਦੇ ਵਸਦੇ ਰਹੋ, ਬਹੁਤ ਬਹੁਤ ਧੰਨਵਾਦ।